ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਤੇ ਇੱਕ ਮਜ਼ਹਬੀ, ਸਭ ਤੋਂ ਵੱਡੀ ਗੱਲ ਹੈ ਇੱਕ ਮਜ਼ਹਬੀ ਇੰਤਸ਼ਾਰ ਕ੍ਰੀਏਟ ਕੀਤਾ ਜਾ ਰਿਹਾ। ਆਪਣੇ ਬੰਦੇ ਖਿਲਾ ਰਹੇ ਹੋਏ ਜਿਹੜੀਆਂ ਵੀ ਮੋਟਰਸਾਈਕਲਾਂ ਨੇ ਸਾਈਡ 'ਤੇ ਖਲੋਤੀਆਂ ਹੋਈਆਂ ਨੇ, ਇਹ ਜਿਹੜੇ ਲੋਕ ਨਹੀਂ ਜਾ ਸਕਦੇ ਉਹ ਕਿਸੇ ਨਾ ਤਰੀਕੇ ਨਾਲ ਇੱਥੇ ਖਲੋਤੇ ਹੋਏ ਹਨ। ਜੀ ਅੱਜ ਪਾਕਿਸਤਾਨ ਦੇ ਨਨਕਾਣਾ ਸਾਹਿਬ ਅੰਦਰ ਬੜਾ ਹੀ ਦਿਲ ਦਲਾਉਣ ਵਾਲਾ ਦ੍ਰਿਸ਼ ਹੋਇਆ ਜਦੋਂ ਜੁੰਮੇ ਦੀ ਨਮਾਜ਼ ਤੋਂ ਬਾਅਦ ਉੱਥੇ ਨਾਰੇ ਬੁਲੰਦ ਕੀਤੇ ਗਏ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਸਿੱਖਾਂ ਨੂੰ ਰਹਿਣ ਨਹੀਂ ਦਿੱਤਾ ਜਾਏਗਾ, ਇਨਸ਼ਾਅੱਲਾ ਇੱਥੇ ਇੱਕ ਵੀ ਸਿੱਖ ਨੂੰ ਰਹਿਣ ਨਹੀਂ ਦਿੱਤਾ ਜਾਏਗਾ। ਔਰ ਇੱਥੋਂ ਤਾਈਂ ਕਿਹਾ ਗਿਆ ਕਿ ਨਨਕਾਣਾ ਸਾਹਿਬ ਜੋ ਪਵਿੱਤਰ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਆ ਉਸਦਾ ਨਾਮ ਬਦਲ ਕੇ ਮੁਸਤਫਾ ਗੁਲਾਮ ਮੁਸਤਫਾ ਦੇ ਨਾਮ ਤੇ ਰੱਖ ਦਿੱਤਾ ਜਾਏਗਾ ਔਰ ਸਿੱਖਾਂ ਨੂੰ ਇੱਥੋਂ ਭਜਾਇਆ ਜਾਏਗਾ। ਉੱਥੇ ਇਹ ਸਾਰੇ ਘਟਨਾਕ੍ਰਮ ਹੁਣ ਉੱਥੇ ਚੱਲ ਰਿਹਾ ਇਸ ਵੇਲੇ ਔਰ ਉੱਥੋਂ ਦੇ ਸਿੱਖਾਂ ਦਾ ਮੈਨੂੰ ਫੋਨ ਆਇਆ, ਬੜੀ ਦਹਿਸ਼ਤ ਅੰਦਰ ਨੇ, ਉਹਨਾਂ ਦੇ ਘਰਾਂ ਦੇ ਅੱਗੇ ਦਰਵਾਜ਼ੇ ਖੜਕਾ ਖੜਕਾ ਕੇ ਉਹਨੂੰ ਧਮਕੀਆਂ ਦੇ ਰਹੇ ਨੇ ਔਰ ਉਹਨੂੰ ਕਹਿ ਰਿਹਾ ਕਿ ਤੁਹਾਨੂੰ ਅਸੀਂ ਜਿੰਦਾ ਨਹੀਂ ਛੱਡਾਂਗੇ, ਇਹ ਨਨਕਾਣਾ ਛੱਡੋ। ਇਹ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਅੰਦਰ ਜਗਜੀਤ ਨੂੰ ਅਗਵਾ ਕੀਤਾ ਸੀ ਔਰ ਉਹਦਾ ਜਬਰਨ ਧਰਮ ਬਦਲਿਆ ਸੀ। ਇਹਨਾਂ ਦਾ ਗੁੱਸਾ ਇਹ ਆ ਕਿ ਜਗਜੀਤ ਦੇ ਮਾਂ ਬਾਪ ਨੇ ਇਹਨਾਂ ਤੋਂ ਕੁੜੀ ਵਾਪਸ ਕਿਉਂ ਮੰਗੀ, ਇਸ ਕਰਕੇ ਇਹ ਸਿੱਖਾਂ ਦੇ ਅੰਦਰ ਦਹਿਸ਼ਤ ਪਾਉਣ ਵਾਸਤੇ ਇਕੱਠੇ ਹੋ ਕੇ ਤੇ ਸਾਰੇ ਬਾਜ਼ਾਰ ਦੇ ਅੰਦਰ ਮੁਜ਼ਾਹਰੇ ਕਰਦੇ ਪਏ ਨੇ। ਮੈਂ ਪਾਕਿਸਤਾਨ ਦੀ ਸਰਕਾਰ ਦੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੂੰ, ਦੇਸ਼ ਦੇ ਮੰਤਰੀ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਇਹਨਾਂ ਸਿੱਖਾਂ ਦੀ ਹਿਫਾਜ਼ਤ ਦੀ ਤੁਸੀਂ ਚਿੰਤਾ ਕਰੋ। ਇਹ ਬਹੁਤ ਦਹਿਸ਼ਤ ਅੰਦਰ ਨੇ, ਡਰਾਇਆ ਜਾ ਰਿਹਾ ਮਿਨੋਰਟੀਜ਼ ਨੂੰ ਕਿਉਂਕਿ ਚੰਦ ਸਿੱਖ ਨੇ ਉੱਥੇ ਰਹਿੰਦੇ ਨੇ। ਇਹ ਬਹੁਤ ਹੀ ਇੱਕ ਬਹੁਤ ਵੱਡਾ ਹਮਲਾ ਹੈ ਮਿਨੋਰਟੀਜ਼ ਦੇ ਉੱਤੇ ਹੁਣ ਤੱਕ ਦਾ, ਜਦੋਂ ਸ਼ਰੇਆਮ ਸੜਕ ਦੇ ਉੱਤਰ ਕੇ ਤੇ ਸਿੱਖਾਂ ਨੂੰ ਮਾਰਨ ਦੀ ਗੱਲ, ਸਿੱਖਾਂ ਨੂੰ ਨਨਕਾਣਾ ਤੋਂ ਛੱਡਣ ਦੀ ਗੱਲ ਔਰ ਨਨਕਾਣਾ ਸਾਹਿਬ ਦਾ ਨਾਮ ਬੁਲਣ ਦੀ ਗੱਲ ਕੀਤੀ ਜਾ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਦਾ ਪੁਰਜ਼ੋਰ ਖੰਡਨ ਕਰਦੀ ਆ, ਜਿੱਥੇ ਪੁਰਜ਼ੋਰ ਇਹਦਾ ਵਿਰੋਧ ਕਰਦੀ ਆ, ਉੱਥੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਭਰਾ ਪਾਕਿਸਤਾਨ ਅੰਦਰ ਸੇਫ ਤੇ ਸੁਰੱਖਿਅਤ ਰਹਿਣ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।